ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਮਨਿੰਦਰਜੀਤ ਸਿੰਘ ਬਿੱਟਾ ਵੱਲੋਂ ਅੱਜ ਰੈਫਰੈਂਡਮ 2020 ਦੇ ਖਿਲਾਫ ਦਿੱਲੀ 'ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। 12 ਅਗਸਤ ਨੂੰ ਲੰਡਨ 'ਚ ਰੈਫਰੈਂਡਮ 2020 ਨੂੰ ਲੈ ਕੇ ਹੋਣ ਵਾਲੀ ਰੈਲੀ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ। ਬਿੱਟਾ ਵੱਲੋਂ ਯੂਕੇ ਐਮਬੈਸੀ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ। ਨਾਲ ਹੀ ਬਿੱਟਾ ਨੇ ਕਿਹਾ ਕਿ ਉਹ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਵਿਰੋਧ ਕਰਦੇ ਰਹਿਣਗੇ ਤੇ ਇਸ ਮੁਲਕ 'ਚ ਖਾਲਿਸਤਾਨ ਕਦੇ ਨਹੀਂ ਬਣਨ ਦੇਣਗੇ। ਤੁਹਾਨੂੰ ਦੱਸ ਦਈਏ ਕਿ ਗਰਮ ਖਿਆਲੀਆਂ ਵੱਲੋਂ ਰੈਫਰੈਂਡਮ 2020 ਦੇ ਜ਼ਰੀਏ ਵੱਖਰੇ ਖਾਲਿਸਤਾਨ ਰਾਜ ਦੀ ਮੰਗ ਕੀਤੀ ਜਾ ਰਹੀ ਹੈ ਤੇ ਖਬਰਾਂ ਇਹ ਵੀ ਨੇ ਕਿ ਇਸ ਸਮਾਗਮ ਦੇ ਪਿੱਛੇ ਖਾਲਿਸਤਾਨ ਦੀ ਪਾਕਿਸਤਾਨ ਦੀ ਏਜੰਸੀ ISI ਕੰਮ ਕਰ ਰਹੀ ਹੈ। ਨਾਲੇ ਤੁਹਾਨੂੰ ਦੱਸ ਦਈਏ ਕਿ ਭਾਰਤ ਸਰਕਾਰ ਨੇ ਬ੍ਰਿਟੇਨ ਸਰਕਾਰ ਦੇ ਅੱਗੇ ਇਸ ਸਮਾਗਮ ਤੇ ਰੋਕ ਲਾਉਣ ਦੀ ਅਪੀਲ ਵੀ ਕੀਤੀ ਸੀ ਪਰ ਯੂਕੇ ਸਰਕਾਰ ਨੇ ਇਸ ਸਮਾਗਮ ਨੂੰ ਰੋਕਣ ਲਈ ਸਾਫ਼ ਇਨਕਾਰ ਕਰ ਦਿੱਤਾ ਸੀ। ਮੇਰੇ ਨਾਲ MS ਬਿੱਟਾ ਨੇ। ਬਿੱਟਾ ਸਾਹਿਬ, ਤੁਸੀਂ ਯੂਕੇ ਐਮਬੈਸੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹੋ, ਰੈਫਰੈਂਡਮ 2020 ਦੇ ਖਿਲਾਫ ਤੁਹਾਡੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਦੇਖੋ, ਇਹ ਪ੍ਰਦਰਸ਼ਨ ਯੂਕੇ ਗਵਰਨਮੈਂਟ ਕੇ ਖਿਲਾਫ ਹਮਾਰਾ ਪ੍ਰੋਟੈਕਸ ਹੈ। ਜੋ ਯੂਕੇ ਕੇ ਅੰਦਰ ਕੁਛ ਟੈਰਰਿਸਟ ਜੋ ਪੰਜਾਬ ਹਿੰਦੁਸਤਾਨ ਸੇ ਵਾਂਟਡ ਹੈ, ਉਹ ਪੰਜਾਬ ਮੇ ਵਾਕਿਆ ਕੀਏ, ਕੋ ਦਿੱਲੀ ਮੇ ਕੀਏ ਹੈ ਉਨ੍ਹੋਂਨੇ, उनको भारत सरकार के हवाले किया जाए। जो 12 की इनकी रेफरेंडम के ऊपर रैली कर रखी है इन्होंने, उस पर बैन लगाया जाए। ये रैली का मतलब हिंदुस्तान को तोड़ना। हिंदुस्तान नहीं टूट सकता, खालिस्तान नहीं बन सकता, ना बना है, ना बना था, ना कभी बनने देंगे। ये हमने अपने शरीरों पे बम खा के पूरी दुनिया को बताया है। खालिस्तान जब बनेगा, इनको बता देना चाहता हूं, गंदी हनेरी की तरह हमारी लाशों से निकल के चले जाएगा। हिंदुस्तान एक है, एक रहेगा, हिंदू मुस्लिम सिख ईसाई। इल्जाम ये भी लग रहे हैं कि ISI फंडिंग कर रहे हैं पाकिस्तान के इशारे से, उत्थे जड़ी रेफरेंडम 2020 की रैली हो रही है। बात बिल्कुल स्पष्ट कह दूं, पूरी दुनिया का सिख इनके साथ नहीं है। सब अपने कामकार करते हैं, बिजी लाइफ है उनकी, सिख धर्म को प्रफुल्लित करते हैं दुनिया के कोने कोने के अंदर। मुखट्टे ये है, पीछे ISI है। ISI पाकिस्तान कश्मीर में बुरी तरह हार चुका है, गोली का जवाब रोज गोली दिया जा रहा है, पाकिस्तान डर चुका है। अब पाकिस्तान के पास एक ही चारा बचा है, फिर पंजाब, जहां नार्को टेररिज्म फैलाया, जहां उन्होंने 36,000 बहनों के सुहागों को उजाड़ दिया। आज पाकिस्तान फिर पंजाब में देख रहा है। ये स्पष्ट कहना चाहते ISI पाकिस्तान को, ਅਸੀਂ ਪ੍ਰਦਰਸ਼ਨ ਕਰ ਰਹੇ ਹੋ ਯੂਕੇ ਅੰਬੈਸੀ ਦੇ ਬਾਹਰ, ਮੈਮੋਰੰਡਮ ਵੀ ਦਿੱਤਾ ਜਾ ਰਿਹਾ, ਮੈਮੋਰੰਡਮ ਚ ਕੀ ਕੁਛ ਲਿਖਿਆ ਤੁਹਾਡੇ ਵੱਲੋਂ? ਮੈਮੋਰੰਡਮ ਮੇ ਯਹੀ ਲਿਖਾ ਹੈ ਕਿ 12 ਤਰੀਕ ਕੀ ਉਨਕੀ ਜੋ ਰੈਲੀ ਉਨ ਪੇ ਬੈਨ ਲਗਾਇਆ ਜਾਏ, ਔਰ ਜੋ ਵਹਾਂ ਟੈਰਰਿਸਟ ਹੈ ਵੋ ਹਿੰਦੁਸਤਾਨ ਕੋ ਸੌਂਪੇ ਜਾਏ।